ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਤੇ ਅਨੰਦਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਕਦਮ ਚੁੱਕਣ ਲਈ ਆਖਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੁੱਲਾ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਰਬਪੱਖ ਦੀ ਬਖਸ਼ਿਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਸਿੰਘ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘਰ ਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਮਾਰਗ ਨੂੰ ਆਵਾਜਾਈ ਲਈ ਯੋਗ ਬਣਾਉਣ, ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਅਤੇ ਹੌਲੇ ਮਹੱਲੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਕਦਮ ਉਠਾਉਣ ਲਈ ਆਖਿਆ। ਸਿੰਘ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਤਸਵੀਰ ਅਤੇ ਸਰਬਪੱਖ ਦੇ ਕੇ ਸਨਮਾਨਿਤ ਵੀ ਕੀਤਾ। ਮਾਣਯੋਗ ਕੈਪਟਨ ਅਮਰਿੰਦਰ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਧਰਤੀ 'ਤੇ ਆਏ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਉਹਨਾਂ ਨੇ ਦਰਸ਼ਨ ਕੀਤੇ ਨੇ, ਉਪਰੰਤ ਸਾਡੇ ਕੋਲ ਇੱਥੇ ਸਾਡੇ ਦਫ਼ਤਰ ਵਿੱਚ ਆ ਕੇ ਅਤੇ ਉਹ ਮਿਲਣ ਵਾਸਤੇ ਆਏ ਸਨ। ਔਰ ਜਿਹੜੀਆਂ ਸ਼ਹਿਰ ਦੀਆਂ ਮੁਸ਼ਕਲਾਂ ਨੇ ਜਾਂ ਸ਼ਹਿਰ ਨੂੰ ਆਉਣ ਵਾਲੇ ਜਿਹੜੇ ਰਸਤੇ ਨੇ, ਜਿਨ੍ਹਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਵਾਸਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਔਰ ਹੋਰ ਸਥਾਨਾਂ 'ਤੇ ਆਉਂਦੀਆਂ ਨੇ, ਉਹ ਰਸਤਿਆਂ ਦੀ ਬੜੀ ਇੱਥੇ ਪ੍ਰੋਬਲਮ ਹੈ। ਖਾਸ ਕਰਕੇ ਗੜ੍ਹ ਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਆਉਣ ਦਾ ਜਿਹੜਾ ਰਸਤਾ ਹੈ, ਉਹਦੀ ਹਾਲਤ ਇੰਨੀ ਕੁ ਜ਼ਿਆਦਾ ਖਰਾਬ ਹੈ ਕਿ ਉੱਥੇ ਕੋਈ ਟੂ ਵੀਲਰ ਰਸਤੇ ਵੀ ਜਿਹੜਾ ਉਹ ਸਫ਼ਰ ਨਹੀਂ ਕਰ ਸਕਦਾ। ਇਸ ਕਰਕੇ ਸੰਗਤ ਨੂੰ ਅਨੰਦਪੁਰ ਸਾਹਿਬ ਆਉਣ ਵਾਸਤੇ ਬਹੁਤ ਲੰਬਾ ਰਸਤਾ ਤੈਅ ਕਰਕੇ ਅਤੇ ਫਿਰ ਪਹੁੰਚਣਾ ਪੈਂਦਾ। ਔਰ ਸ਼ਹਿਰ ਦੀ ਜਿਹੜੀ ਮੇਨ ਐਂਟਰੈਂਸ ਨੇ, ਉਹਨਾਂ ਵਾਸਤੇ ਕਿਹਾ ਗਿਆ ਹੈ ਕਿ ਉਹ ਉਹਨਾਂ ਦੀ ਜਿਹੜੀ ਸੋਹਣੀ ਦਿੱਖ ਬਣਾਈ ਜਾਏ ਤਾਂ ਕਿ ਸ਼ਹਿਰ ਦੇ ਅੰਦਰ ਆਉਣ ਵਾਲੇ ਸ਼ਰਧਾਲੂ ਜਿਹੜੇ ਨੇ ਉਹਦਾ ਚੰਗਾ ਇੰਪ੍ਰੈਸ਼ਨ ਉਹਨਾਂ 'ਤੇ ਜਾਵੇ। ਔਰ ਤੀਸਰਾ, ਅਨੰਦਪੁਰ ਸਾਹਿਬ ਦੀ ਸਾਫ਼ ਸਫਾਈ ਬਾਰੇ ਕਿਹਾ ਗਿਆ ਹੈ ਕਿ ਅਨੰਦਪੁਰ ਸਾਹਿਬ ਦੀ ਸਾਫ਼ ਸਫਾਈ ਵੱਲ ਲੈਬੋਰਟਰੀ ਬਲਾਕ ਨੇ, ਸੜਕਾਂ ਨੇ, ਗਲੀਆਂ ਨੇ, ਉਹਦੀ ਸਾਫ਼ ਸਫਾਈ ਵੱਲ ਉਚੇਚੇ ਤੌਰ 'ਤੇ ਧਿਆਨ ਦਿੱਤਾ ਜਾਏ। ਔਰ ਕੀਰਤਪੁਰ ਸਾਹਿਬ ਦੀ ਜੋ ਸ਼ਹਿਰ ਹੈ, ਉੱਥੇ ਗਲੀਆਂ ਦਾ ਬੁਰਾ ਹਾਲ ਹੈ, ਉਹਦੇ ਵਾਸਤੇ ਕਿਹਾ ਗਿਆ ਹੈ ਕਿ ਪਹਿਲ ਦੇ ਆਧਾਰ 'ਤੇ ਕੀਰਤਪੁਰ ਸਾਹਿਬ ਦੀਆਂ ਗਲੀਆਂ ਜੋ ਨੇ ਉਹ ਬਣਾਈਆਂ ਜਾਣ। ਔਰ ਨਹਿਰ ਦੇ ਉੱਤੇ ਪੁਲ ਹੈ ਜਿਹੜਾ, ਉਹ ਬਹੁਤ ਛੋਟਾ ਹੈ, ਉਸ ਪੁਲ ਨੂੰ ਵੱਡਾ ਕੀਤਾ ਜਾਏ ਤਾਂ ਕਿ ਸੰਗਤ ਦੀ ਆਵਾਜਾਈ ਜਿਹੜੀ ਹੈ ਉਹ ਸੁਖਾਲੀ ਹੋ ਸਕੇ। ਬਹੁਤ ਵਧੀਆ ਰਿਸਪੋਂਸ ਉਹਨਾਂ ਦਿੱਤਾ, ਉਹਨਾਂ ਨੇ ਉਸ ਵੇਲੇ ਸਾਹ ਗੁਰਕੀਰਤ ਸਿੰਘ ਹੋਰਾਂ ਨੂੰ ਆਦੇਸ਼ ਵੀ ਕਰ ਦਿੱਤਾ, ਔਰ ਵਿਜੈਇੰਦਰ ਸਿੰਗਲਾ ਜੀ ਦੇ ਨਾਲ ਉਹਨਾਂ ਟੈਲੀਫੋਨ 'ਤੇ ਉਸ ਵੇਲੇ ਗੱਲ ਵੀ ਕੀਤੀ ਹੈ, ਔਰ ਉਹਨਾਂ ਨੂੰ ਕਹਿਤਾ ਕਿ ਪਹਿਲ ਦੇ ਆਧਾਰ 'ਤੇ ਜਿਹੜੇ ਇਹ ਕੰਮ ਨੇ ਇਹ ਹੋਣੇ ਚਾਹੀਦੇ ਨੇ, ਔਰ ਬਹੁਤ ਅੱਛਾ ਰਿਸਪੋਂਸ ਉਹਨਾਂ ਨੇ ਕੰਮ ਕਰਨ ਦਾ ਦਿੱਤਾ। ਬਹੁਤ ਵਧੀਆ ਉਹਨਾਂ ਨੇ ਕਿਹਾ ਰਿਸਪੋਂਸ ਹੈ ਕਿ ਹੋ ਸਕਦਾ ਜੇਕਰ ਯਤਨ ਕਰਾਂਗੇ ਕਿ ਅਸੀਂ ਹੋਲੇ ਮੁਹੱਲੇ ਤੋਂ ਪਹਿਲਾਂ ਉਹਨੂੰ ਦੁਬਾਰਾ ਨਵਾਂ ਹੀ ਬਣਾ ਦਈਏ, ਨਵਾਂ ਹੀ ਸਾਰਾ ਉਹ ਰੋਡ ਬਣ ਜਾਏਗਾ, ਨਹੀਂ ਤਾਂ ਘੱਟੋ ਘੱਟ ਉਹਦੀ ਪੈਚਅਪ ਜ਼ਰੂਰ ਹੋ ਜਾਏਗੀ ਹੋਲੇ ਮੁਹੱਲੇ ਤੋਂ ਪਹਿਲਾਂ ਪਹਿਲਾਂ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।